गरीब नवाज, वाली दो जहां चबत शत्र तख्त मालक, तन तन साहिब श्री गुरु ग्रंथ साहिब जी महाराज जी के पावन पवित्र हजूरी अंदर जुड़ बैठी गुरु प्यारे सतसंग जी, आओ सतगुरु की बख्शी फतेह नाल एक बार संत पाइए जी, वाहिगुरु जी का खालसा वाहिगुरु जी की फतेह। ਅੱਜ ਦੇ ਦੀਵਾਨ ਵਿੱਚ ਦਸ ਤੋਂ ਪਹਿਲਾਂ ਗੁਰੂ ਕੇ ਮਹਾਨ ਕੀਰਤੀਆਂ ਪਾਸਿਓਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਰਸਤੇਨਾ ਕੀਰਤਨ ਬੜੇ ਪਿਆਰ ਨਾਲ ਸਾਰਿਆਂ ਨੇ ਸਰਵ ਕੀਤਾ ਹੈ। ਸਤਿਗੁਰ ਬਖਸ਼ਿਸ਼ ਕਰਨ ਕਿ ਗੁਰੂ ਕਾ ਸ਼ਬਦ ਸਾਡੇ ਹਿਰਦੇ ਵਿੱਚ ਵਸੇ, ਸਾਡੀ ਸੁਰਤ ਸੋਚ ਵਿੱਚ ਵਸੇ, ਸਾਡੇ ਜੀਵਨ ਦੀ ਅਗਵਾਈ ਕਰੇ ਅਤੇ ਅਰਦਾਸ ਦੇ ਗੁਰੂ ਚਰਨਾਂ ਵਿੱਚ ਆਓ। ਜਿੱਥੇ ਕੀਰਤਨ ਦੇ ਲਾਹੇ ਲਾਏ ਉੱਥੇ ਥੋੜ੍ਹਾ ਜਿਹਾ ਸਮਾਂ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਬਚਨਾਂ ਨੂੰ ਰੱਖ ਕੇ ਵਿਚਾਰੀਏ, ਗੁਰੂ ਤੋਂ ਸਿੱਖਿਆ ਲਈਏ, ਗੁਰੂ ਤੋਂ ਸੇਧ ਲਈਏ। ਗੁਰੂ ਦੀਆਂ ਦੇ ਬਾਣੀ ਵਿੱਚ ਬਰਕਤਾਂ ਨੇ, ਉਹਨਾਂ ਨੂੰ ਰਲ ਕੇ ਸਮਝੀਏ। ਗੁਰੂ ਦਾ ਜੋ ਰਾਹ ਹੈ ਉਹ ਰਾਹ 'ਤੇ ਚੱਲਣ ਦੀ ਜਾਂਚ ਗੁਰੂ ਦੇ ਕੋਲੋਂ ਸਿੱਖੀਏ। ਇਹ ਸਮਾਂ ਤੁਹਾਨੂੰ ਸਾਨੂੰ ਸਤਿਗੁਰੂ ਜੀ ਨੇ ਅੱਜ ਬਖਸ਼ਿਆ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ। ਲਾਹੀ ਲੈ ਕੇ ਜਾਈਏ, ਗੁਰੂ ਦੇ ਸ਼ਬਦ ਦੀ ਖੱਟੀ ਖੱਟ ਕੇ ਜਾਈਏ, ਗੁਰੂ ਦਾ ਬਚਨ ਇਨਕਾ ਮਾਤਰ ਵੀ ਆਪਣੀ ਸੋਚ ਵਿੱਚ ਲੈ ਕੇ ਜਾਈਏ। ਆਓ, ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਆਪ ਜੀ ਨੇ ਬੜੀ ਵਾਰ ਸਰਵਣ ਵੀ ਕੀਤਾ, ਉਸ ਨੂੰ ਥੋੜ੍ਹਾ ਜਿਹਾ ਸਮਝ ਗਿਆ। ਉਸ ਸ਼ਬਦ ਦੇ ਵਿੱਚ ਸਤਿਗੁਰ ਦੀ ਵਡਿਆਈ, ਸੱਚੇ ਗੁਰੂ ਦੀ ਵਡਿਆਈ, ਪਰਮਾਤਮਾ ਦੇ ਨਾਮ ਦੀ ਵਡਿਆਈ ਸਤਿਗੁਰ ਸਾਨੂੰ ਸਮਝਾ ਰਹੇ ਨੇ। ਸ਼ਬਦ ਦੀ ਪਹਿਲੀ ਪੰਕਤੀ ਹੈ ਜਿਹਦੇ ਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਭਾਈ, ਹਮ ਦੀ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹੇ ਬੁਝਾਈ। ਕਿਰਪਾ ਕਰੇ ਨੇ, ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸੱਚਾ ਗੁਰੂ ਨਹੀਂ ਹੁੰਦਾ, ਬਿਨ ਸਤਿਗੁਰ ਸੇਵਾ ਦਾ ਮਤਲਬ ਹੁੰਦਾ ਸਿਮਰਨ ਕਰਨਾ, ਯਾਦ ਕਰਨਾ, ਗੁਰੂ ਦੇ ਨਾਲ ਜੁੜਨਾ, ਗੁਰੂ ਦੇ ਆਸ਼ਰੇ ਤੇ ਚੱਲ ਪੈਣਾ। ਜਿਨ੍ਹਾਂ ਮਨੁੱਖਾਂ ਦੀ ਜ਼ਿੰਦਗੀ ਵਿੱਚ ਸੱਚਾ ਗੁਰੂ ਨਹੀਂ ਹੁੰਦਾ, ਜ਼ਿੰਦਗੀ ਤੋਂ ਭਾਵ ਕਿ ਜਿਨ੍ਹਾਂ ਦੀ ਸੁਰਤ ਸੋਚ ਵਿੱਚ ਸੱਚਾ ਗੁਰੂ ਨਹੀਂ ਆ ਕੇ ਬੈਠਾ, ਜਿਨ੍ਹਾਂ ਨੇ ਗੁਰੂ ਦੀ ਅਗਵਾਈ ਨੂੰ ਨਹੀਂ ਮੰਨਿਆ, ਸਿਰਫ ਕਹਿੰਦੇ ਨੇ ਉਸ ਬੰਦੇ ਨੂੰ ਬਹੁਤ ਵੱਡਾ ਦੁੱਖ ਚੰਬੜਿਆ ਹੈ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਬਹੁਤਾ ਦਾ ਮਤਲਬ ਹੈ ਕਿ ਬਹੁਤ ਵੱਡਾ ਦੁੱਖ ਚੰਬੜਿਆ ਹੋਇਆ ਹੈ। ਮਤਲਬ ਇਹ ਸਮਝ ਲਈਏ ਕਿ ਉਹ ਬੰਦਾ ਜ਼ਿੰਦਗੀ ਦੇ ਵਿੱਚ ਸਹੀ ਫੈਸਲੇ ਨਹੀਂ ਲੈ ਸਕਦਾ ਜਿਹਦੀ ਸੋਚ ਵਿੱਚ ਗੁਰੂ ਨਹੀਂ। ਉਸ ਮਨੁੱਖ ਦੇ ਫੈਸਲੇ ਗਲਤ ਹੋਣਗੇ,
ਉਸ ਮਨੁੱਖ ਦੇ ਫੈਸਲੇ ਅਨੁਕੂਲ ਹੋਣਗੇ। ਉਸ ਮਨੁੱਖ ਦੇ ਜ਼ਿੰਦਗੀ ਦੇ ਵਿੱਚ ਕੀਤੇ ਕੰਮ ਜਿਹੜੇ ਨੇ ਉਹਨਾਂ ਦੇ ਵਿੱਚ ਅਹੰਕਾਰ ਹੋਵੇਗਾ, ਉਹਨਾਂ ਵਿੱਚ ਵਿਕਾਰ ਹੋਵੇਗਾ। ਉਹ ਬੰਦਾ ਆਪਣੀ ਜ਼ਿੰਦਗੀ ਵਿੱਚ ਡਾਵਾਂ ਡੋਲ ਲੈਂਦਾ ਹੈ। ਤੇ ਸਿਰਫ ਕਹਿੰਦੇ ਨੇ ਐਸਾ ਬੰਦਾ ਕਿਸੇ ਵੀ ਸਮੇਂ ਹੋਵੇ ਇਸ ਧਰਤੀ ਤੇ, ਅੱਜ ਦੀ ਗੱਲ ਨਹੀਂ, ਪਹਿਲਾਂ ਜੋ ਬੀਤ ਚੁੱਕਾ ਸਮਾਂ ਜਾਂ ਜਦੋਂ ਆਉਣ ਵਾਲਾ ਸਮਾਂ। ਗੁਰੂ ਸਾਹਿਬ ਜੀ ਨੇ ਉਹ ਦੁਨੀਆਂ ਦੇ ਸਾਹਮਣੇ ਇੱਕ ਸੱਚ ਰੱਖਿਆ ਹੈ, ਜਿਸ ਨੂੰ ਆਪਾਂ ਯੂਨੀਵਰਸ ਵਰਸਲ ਟਰੁੱਥ ਕਹਿੰਦੇ ਹਾਂ। ਸਾਰੇ ਸੰਸਾਰ ਦੇ ਵਾਸਤੇ ਇੱਕ ਸੱਚ ਜਿਹੜਾ ਜਿਸ ਨੂੰ ਹਰ ਬੰਦਾ ਆਪਣੀ ਜ਼ਿੰਦਗੀ ਵਿੱਚ ਅਪਣਾਏ ਤਾਂ ਸੁਖੀ ਹੋਵੇਗਾ, ਜੇ ਨਹੀਂ ਅਪਣਾਏਗਾ ਤਾਂ ਉਹ ਬੰਦਾ ਦੁਖੀ ਹੋਵੇਗਾ। ਸਹਿਬ ਕੇ ਜੁਗ ਚਾਰੇ ਪਰਮਾਏ, ਕਿਸੇ ਵੀ ਸਮੇਂ ਹੋਵੇ ਐਸਾ ਬੰਦਾ ਉਹ ਭਟਕਣਾ ਵਿੱਚ ਹੋਵੇਗਾ, ਉਹ ਭੁਲੇਖੇ ਵਿੱਚ ਹੋਵੇਗਾ, ਉਹ ਜੀਵਨ ਦੇ ਸਹੀ ਰਸਤੇ 'ਤੇ ਨਹੀਂ ਚੱਲ ਸਕੇਗਾ ਜਿਸ ਦੀ ਜ਼ਿੰਦਗੀ ਵਿੱਚ ਸਤਿਗੁਰੂ ਨਹੀਂ ਹੈ। ਇੱਕ ਥਾਂ 'ਤੇ ਗੁਰਦੇਵ ਹੋਰ ਬਚਨ ਕਰਦੇ ਨੇ, ਬਿਨ ਸਤਿਗੁਰ ਸੇਵੇ ਜੀਵ ਕੇ ਬੰਧਨਾ ਵਿੱਚ ਹੋਮੇ ਕਰਮ ਕਮਾਏ। ਜਿਹੜਾ ਬੰਦਾ ਸਤਿਗੁਰ ਦੀ ਸੇਵਾ ਨਹੀਂ ਕਰਦਾ, ਸਤਿਗੁਰ ਦੇ ਰਾਹ 'ਤੇ ਨਹੀਂ ਚੱਲਦਾ, ਜਿਹਦੀ ਸੋਚ ਵਿੱਚ ਸਤਿਗੁਰ ਨਹੀਂ ਆਇਆ, ਉਹ ਜਿੰਨੇ ਵੀ ਕੰਮ ਕਰਦੇ ਨਾ ਹੰਕਾਰ ਵਿੱਚ ਕਰਦਾ ਹੈ। ਹੰਕਾਰ ਪਤਾ ਨਹੀਂ ਲੱਗਦਾ, ਕਿਉਂਕਿ ਹਉਮੈ ਜਿਹੜੀ ਹੈ ਨਾ ਇਤਨੀ ਬਾਰੀਕ ਹੈ, ਇਤਨੀ ਬਾਰੀਕ ਹੈ, ਪਤਾ ਨਹੀਂ ਲੱਗਦਾ ਤੁਹਾਨੂੰ। ਘਰ ਹਉਮੈ ਵਿੱਚ ਲਿਆਉਂਦਾ, ਕਹਿੰਦਾ ਨਹੀਂ ਮੈਂ ਨਹੀਂ ਕਰਿਆ, ਉਹਦੀ ਹਉਮੈ ਨੂੰ ਸੱਟ ਵੱਜਦੀ ਹੈ। ਮੈਂ ਤੇ ਇੰਨਾ ਕੁਝ ਕੀਤਾ, ਅਗਲੇ ਨੇ ਰਿਸਪੋਂਸ ਨਹੀਂ ਦਿੱਤਾ, ਨਹੀਂ ਦਿੱਤਾ ਤਾਂ ਤੈਨੂੰ ਕੀ ਮਤਲਬ ਹੋਏ? ਤੂੰ ਜਿਹੜਾ ਕੀਤਾ ਆਪਣੀ ਖੁਸ਼ੀ ਲੈਣ ਵਾਸਤੇ ਕੀਤਾ ਜਾਂ ਦੂਜਿਆਂ ਨੂੰ ਖੁਸ਼ ਕਰਨ ਵਾਸਤੇ ਕੀਤਾ, ਜਾਂ ਦੂਜਿਆਂ ਦੀ ਖੁਸ਼ੀ ਤੈਨੂੰ ਖੁਸ਼ ਕਰੇ? ਨਾ, ਦੂਜੇ ਤੈਨੂੰ ਸ਼ਾਬਾਸ਼ੀ ਦੇਣ ਤਾਂ ਹੋਵੇ ਨਹੀਂ, ਮੈਂ ਤਾਂ ਕਰਨਾ ਸੀ ਆਪਣਾ ਆਨੰਦ ਲੈਣ ਵਾਸਤੇ, ਕਰ ਦਿੱਤਾ ਬਸ, ਕੋਈ ਵੀ ਕਰਨਾ। ਉਹਦੇ ਵਿੱਚ ਦੂਜਿਆਂ ਕੁਛ ਲੈ ਨਾ ਲੈ, ਦੂਜਾ ਕੁਛ ਰਿਸਪੋਂਸ ਦੇਵੇ ਨਾ ਦੇਵੇ, ਦੂਜਾ ਕੁਛ ਕਹੇ ਨਾ, ਤਾਂ ਮੈਨੂੰ ਕੀ ਵਾਸਤਾ? ਮੈਂ ਤੇ ਆਪਣਾ ਖੇੜਾ ਲੈਣ ਵਾਸਤੇ ਕੀਤਾ ਨਾ, ਇਹ ਹੋਮੈ ਪਿੱਛੇ ਖੜੀ ਹੋਈ। ਔਰ ਇਹਦੇ ਨਾਲ ਹੁੰਦਾ ਕੀ ਫਿਰ? ਫਿਰ ਸਤਿਗੁਰ ਸੇਵੇ ਜੀ ਕੇ ਬੰਧਨ, ਇਹ ਜ਼ਿੰਦ ਨੂੰ ਬੰਧਨ ਪਾ ਦਿੰਦੀ, ਇਹ ਬੰਦੇ ਨੂੰ ਮੰਗਤਾ ਬਣਾ ਕੇ ਰੱਖ ਦਿੰਦੀ ਹੈ। ਮੰਗਦਾ ਫਿਰਦਾ ਹੈ, ਮੈਂ ਕੁਛ ਕੀਤਾ, ਮੈਨੂੰ ਚਾਰ ਬੰਦੇ ਆ ਕੇ ਅੱਖ ਮੰਗਤਾ, ਮੇਰੇ ਚਾਰ ਬੰਦੇ ਨੇ ਵਾਹਵਾ ਕਿਉਂ ਨਹੀਂ ਕੀਤੀ? ਉਹ ਭਲਿਆ, ਇਹਦਾ ਮਤਲਬ ਫਿਰ ਤੂੰ ਉਹਨਾਂ ਦੇ ਆਸਰੇ ਜਿਉਂਦਾ ਪਿਆ, ਵਿਸਾਖੀਆਂ ਦੇ ਸਹਾਰੇ ਜਿਉਂਦਾ, ਔਰ ਵਿਸਾਖੀਆਂ ਦੇ ਸਹਾਰੇ ਚੱਲਣ ਵਾਲਾ ਬੰਦਾ ਕਦੇ ਵੀ ਡਿੱਗ ਸਕਦਾ? ਆਪਣੀਆਂ ਲੱਤਾਂ 'ਤੇ ਜਿੱਤਣਾ ਚਾਹੀਦਾ ਹੈ। ਵਿਸਾਖੀ ਕਦੇ ਵੀ ਕੋਈ ਖਿੱਚ ਲੈ ਫਿਰ ਕੀ ਕਰੋਗੇ? ਪਰ ਜੇ ਸਤਿਗੁਰੂ ਅੰਦਰ ਬੈਠਾ ਰੱਖੇਗਾ ਤੂੰ ਭਲਿਆ ਆਨੰਦ ਵਾਸਤੇ ਕੰਮ ਕਰਨਾ, ਤੈਨੂੰ ਕੋਈ ਮਤਲਬ ਨਹੀਂ ਕਿਸੇ ਨਾਲ। ਬਰੀਕੀਆਂ ਨੇ ਜਿਸ ਦਿਨ ਇਹ ਪਕੜ ਵਿੱਚ ਆ ਗਈਆਂ ਉਸ ਦਿਨ ਜ਼ਿੰਦਗੀ ਸੁਖਾਲੀ ਸੌਖੀ, ਕੋਈ ਬੰਧਨ ਨਹੀਂ। ਬੰਦਾ ਇੰਨੇ ਬੰਧਨ ਆਪਣੀ ਹਉਮੈ ਕਰਕੇ ਪਾ ਕੇ ਬੈਠਾ ਹੈ, ਹਰ ਕੰਮ ਦੇ ਵਿੱਚੋਂ, ਹਰ ਕਰਮ ਦੇ ਵਿੱਚੋਂ,
ਹਰ ਗਲ ਦੇ ਵਿੱਚੋਂ ਬੰਦਾ ਕੁਛ ਲੱਭਦਾ ਫਿਰਦਾ ਅਤੇ ਜਦੋਂ ਹੋਮੇ ਨੂੰ ਪੱਠੇ ਨਾ ਪੈਣ ਦੁਖੀ ਹੋ ਜਾਂਦਾ ਬੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਬੜਾ ਦੁੱਖ ਚਮੜਿਆ ਹੋਇਆ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸੱਚਾ ਗੁਰੂ ਨਹੀਂ ਆਇਆ। ਅਗਲੀ ਪੰਕਤੀ ਸਤਿਗੁਰੂ ਜੀ ਅਰਦਾਸ ਕਰਦੇ ਨੇ ਜੇ ਨਹੀਂ ਆਇਆ ਸਾਡੀ ਜ਼ਿੰਦਗੀ 'ਚ, ਜੇ ਸਾਡੀ ਸੋਚ ਵਿੱਚ ਨਹੀਂ ਗੁਰੂ ਆਇਆ ਤੇ ਇਹ ਅਰਦਾਸ ਗੁਰੂ ਦੇ ਸਾਹਮਣੇ ਰੋਕ ਕੇ ਸਾਨੂੰ ਵੀ ਕਰਨੀ ਚਾਹੀਦੀ ਹੈ ਜ਼ਰੂਰ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੁਣ ਸਕਦੇ ਨੇ, ਜੋ ਮੰਗਾਂਗੇ ਗੁਰੂ ਕੋਲੋਂ ਗੁਰੂ ਨੇ ਉਹ ਦੇਣਾ, ਜੋ ਮੈਂ ਅੱਜ ਤੱਕ ਮੰਗੇ ਨਹੀਂ ਗੁਰੂ ਕੋਲੋਂ ਤੇ ਗੁਰੂ ਕਿਵੇਂ ਦੇਵੇਗਾ, ਮੈਂ ਤਾਂ ਮੰਗਦੇ ਨਹੀਂ ਚਾਹੁੰਦੇ ਨਹੀਂ। ਧਿਆਨ ਨਾਲ ਕੇ ਦੇਖੋ ਅੱਜ ਤੱਕ ਜੋ ਮੰਗਿਆ ਗੁਰੂ ਕੋਲੋਂ ਆ ਕੇ ਗੁਰੂ ਨੇ ਦਿੱਤਾ, ਜੇ ਸਿੱਖੀ ਮੰਗੀ ਨਹੀਂ ਆ ਕੇ ਮੈਂ ਗੁਰੂ ਕੋਲੋਂ ਤੇ ਮਿਲੀ ਨਹੀਂ। ਅੱਜ ਤੋਂ ਮੰਗਣੀ ਸ਼ੁਰੂ ਕਰਦੇ ਸੱਚੇ ਪਾਤਸ਼ਾਹ ਆਪਣੀ ਸਿੱਖੀ ਦਿਓ, ਮਹੀਨੇ ਵਿੱਚ ਦੇ ਦੇ, ਹੁਣੇ ਦੇ ਦੇ, ਮੰਗਦੇ ਨਹੀਂ ਮੰਗਦਾ, ਜੇ ਮੰਗ ਵੀ ਲਿਆਵਾਂਗਾ ਤੇ ਡਰ ਡਰ ਕੇ ਮੰਗ ਲਿਆਵਾਂਗਾ ਕਿ ਦੇ ਨਾ ਦੇਵੇ ਗੁਰੂ, ਫਿਰ ਮੈਨੂੰ ਤਾਂ ਸਿੱਖ ਬਣਨਾ ਪੈਣਾ। ਅੰਦਰੋਂ ਕਹਿ ਰਿਹਾ ਵੀ ਜੇ ਸੱਚੇ ਪਾਤਸ਼ਾਹ ਨੇ ਮੈਨੂੰ ਪਕੜਾ ਦਿੱਤੀ ਇੱਥੇ ਨਹੀਂ ਤੇ ਮੇਰਾ ਬਣੇਗਾ ਕਿ ਘਰ ਤੱਕ ਜਾਂਦਾ ਡਰ। ਇਸ ਦਾ ਮਤਲਬ ਕਿ ਨਹੀਂ ਮੰਗਿਆ, ਆਓ ਮੰਗੀਏ। ਔਰ ਮੰਗਣ ਲੱਗਿਆ ਗੁਰੂ ਸਾਹਿਬ ਕਹਿੰਦੇ ਨੇ ਮੈਂ ਬਿਲਕੁਲ ਕੰਗਾਲ, ਸੱਚੇ ਪਾਤਸ਼ਾਹ ਮੇਰੇ ਕੋਲ ਕੱਖ ਨਹੀਂ। ਇਹ ਨਾ ਹੋਵੇ ਕਿ ਆਕੜ ਕੇ ਆਵਾਂ ਮੇਰੇ ਕੋਲ ਤੇ ਬੜਾ ਕੁਛ ਹੈ, ਸੱਚੇ ਪਾਤਸ਼ਾਹ ਮੈਂ ਤੇ ਬੜਾ ਧਨਾਟ ਹਾਂ। ਆਪਣਾ ਹੰਕਾਰ ਉੱਥੇ ਬਾਹਰ ਰੱਖ ਕੇ, ਬਾਹਰ ਰੱਖ ਕੇ ਇੱਥੇ ਆਉਂਦੇ। ਦੁਨੀਆਂ ਦੇ ਵਿੱਚ ਨਿਰਧਨ ਕੌਣ ਹੈ, ਗਰੀਬ ਕੌਣ ਹੈ? ਅਸਲ ਵਿੱਚ ਗੁਰੂ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਅਗਲੀ ਪੰਕਤੀ, ਗੁਰੂ ਸਾਹਿਬ ਨੇ ਕਹਿਣਾ ਕਿ ਮੇਰੇ ਕੋਲ ਕੱਖ ਨਹੀਂ, ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਤੇ, ਉਹ ਇਹ ਕਰਨਾ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਅੰਦਰ ਮੈਂ ਦੇਖਦਾ ਧਨਵਾਨ ਤੇ ਗਰੀਬ, ਕਹਿੰਦੇ ਮੇਰੀ ਨਜ਼ਰਾਂ ਵਿੱਚ ਗਰੀਬ ਬੰਦਾ ਹੋਵੇ ਜਿਹਦੇ ਹਿਰਦੇ ਵਿੱਚ ਰੱਬ ਦਾ ਨਾਮ ਨਹੀਂ ਹੈ, ਉਹਦੇ ਵਰਗਾ ਗਰੀਬ ਕੋਲ ਕੰਗਾਲ ਹੈ। ਕੀ ਕਹਿੰਦੇ ਕਬੀਰ ਸਾਹਿਬ? ਕਹਿ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ। ਕਬੀਰ ਜੀ ਕਹਿੰਦੇ ਨੇ ਗਰੀਬ ਉਹ ਹੈ ਦੁਨੀਆਂ ਵਿੱਚ ਜਿਹਦੇ ਹਿਰਦੇ ਵਿੱਚ ਰੱਬ ਦਾ ਨਾਮ ਨਹੀਂ, ਉਹਦੇ ਵਰਗਾ ਪੰਜਾਬ ਦੁਨੀਆਂ ਦੀ ਕੋਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਗੁਰਦੇਵ ਸਿੰਘ ਨੇ ਕਿ ਜਿਨ੍ਹਾਂ ਦੇ ਕੋਲ ਕੇਵਲ ਦੁਨੀਆਂ ਦਾ ਪੈਸਾ ਹੈ ਮੈਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਕੰਗਾਲ ਮੰਨਦਾ, ਕੇਵਲ ਜਿਹਨਾਂ ਕੋਲ ਪੈਸਾ ਹੈ ਰੱਬ ਦਾ ਨਾਮ ਹੈ ਉਹ ਸਭ ਤੋਂ ਜ਼ਿਆਦਾ ਮੰਗਦੇ ਨੇ, ਅਤੇ ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਤੂੰ ਮੈਨੂੰ ਦਿਸ ਪੈਂਦਾ ਉਹਦੇ ਵਰਗਾ ਅਮੀਰ ਦੁਨੀਆਂ 'ਤੇ ਕੋਈ ਨਹੀਂ। ਉਹ ਗੁਣਾਂ ਦਾ ਸਾਗਰ ਹੈ, ਉਹ ਵੱਡੇ ਜਿਗਰੇ ਵਾਲਾ ਹੈ। ਗੁਰੂ ਦਾ ਬਚਨ ਮੈਂ ਆਪ ਨੂੰ ਸੁਣਾਉਂਦਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਿ ਜਿਨ ਕੇ ਪੱਲੇ ਧਨ ਵਸੇ ਤਿਸ ਕਾ ਨਾਉ ਫਕੀਰ,
ਜਿਨਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀ। ਜਿਨ੍ਹਾਂ ਦੇ ਕੋਲ ਕੇਵਲ ਦੁਨਿਆਵੀ ਧਨ ਹੈ, ਸਤਿਗੁਰੂ ਫਕੀਰ ਲੋਕ ਮੰਗਦੇ ਨੇ। ਕੰਗਾਲ, ਫਕੀਰ ਦਾ ਮਤਲਬ ਤੇ ਕੰਗਾਲ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਦੋ ਵਸਦੇ ਗੁਣਾਂ ਦੇ ਸਾਰੇ ਦਰਿਆ ਮਹਾਨ। ਦੁਨੀਆਂ ਦੇ ਵਿੱਚ ਉਹੀ ਅਡੋਲ ਰਹਿ ਰਹੇ ਜਿਨ੍ਹਾਂ ਦੇ ਕੋਲ ਨਾਮ ਸੀ, ਜਿਨ੍ਹਾਂ ਕੋਲ ਦੁਨਿਆਵੀ ਧਨ ਸੀ, ਦੌੜਦੇ ਰਹੇ, ਡਿੱਗਦੇ ਰਹੇ, ਵਿਕਾਰਾਂ ਦੇ ਢਹਿ ਚੜ੍ਹਦੇ ਰਹੇ, ਬੇਪੱਤੀ ਹੁੰਦੀ ਰਹੀ। ਬੱਚੇ ਕੌਣ ਨੇ, ਇੱਜ਼ਤ ਪੱਤ ਵਾਲੇ ਕੌਣ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਸੀ। ਬਸ ਇੱਥੇ ਆ ਕੇ ਕਹਿਣਾ ਸੱਚੇ ਪਾਤਸ਼ਾਹ, ਅਸੀਂ ਤੇ ਕਰਦਾਰ, ਸਾਡੇ ਕੋਲ ਕੁਛ ਨਹੀਂ, ਸਾਨੂੰ ਦਾਤ ਦੇ ਲਈ ਸਮਝ ਆ ਗਈ ਹੈ ਕਿ ਤੂੰ ਜ਼ਿੰਦਗੀ ਵਿੱਚ ਨਹੀਂ ਆਇਆ ਅਤੇ ਸਾਨੂੰ ਦੁੱਖ ਚ ਪੜੇ ਹੋਏ ਨੇ। ਆਓ ਅਰਦਾਸ ਕਰੀਏ। ਗੁਰੂ ਅਮਰਦਾਸ ਮਹਾਰਾਜ ਨੇ ਪਹਿਲੀ ਪੰਕਤੀ 'ਚ ਕਿਹਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ। ਹੁਣ ਅਰਦਾਸ ਕਰਦੇ ਨੇ, ਹਮ ਦੀ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ। ਅਸੀਂ ਕਰਾਲ ਸੱਚੇ ਪਾਤਸ਼ਾਹ ਕਿਆ ਕਰੀਏ, ਅੱਜ ਤੱਕ ਸਾਡੇ ਕੋਲ ਤਾਂ ਸਭ ਕੁਛ ਹੀ ਹੈ, ਅਤੇ ਸੱਚੇ ਪਾਤਸ਼ਾਹ ਕਹਿੰਦਾ ਹੈਗਾ ਤੇ ਠੀਕ ਹੈ, ਤੇਰੇ ਕੋਲ ਹੈਗਾ ਰੱਖ ਤੂੰ ਰੱਖ ਬਈ, ਤੂੰ ਤੇਰੇ ਕੋਲ ਹੈਗਾ ਤੇ ਫਿਰ ਮੈਂ ਕੀ ਕਰਾਂ, ਠੀਕ ਹੈ ਵਧੀਆ। ਨਹੀਂ, ਹਮ ਦੀਨ ਸਾਡੇ ਕੋਲ ਸਿੱਖੇ ਨਹੀਂ ਹੋ, ਸਾਡੇ ਕੋਲ ਤੇਰੀ ਥਾਂਤ ਨਹੀਂ ਹੋ, ਸਾਡੇ ਹਿਰਦੇ ਵਿੱਚ ਤੂੰ ਨਹੀਂ ਆਇਆ ਸੱਚੇ ਪਾਤਸ਼ਾਹ, ਅਸੀਂ ਤੇ ਕੰਗਾਲ ਹਾਂ ਤੇ ਤੂੰ ਜੁਗਾ ਜੁਗਾ ਤੋਂ ਦਾਤਾਂ ਦੇਣਾ ਹੈ, ਤੂੰ ਬਾਦਸ਼ਾਹ, ਤੂੰ ਦਾਤਾ ਹੈ, ਕੀ ਦੇ ਮੈਨੂੰ, ਸ਼ਬਦ ਦੀ ਬੁਝਾਈ, ਆਪਣਾ ਸ਼ਬਦ, ਆਪਣੀ ਇਹ ਸੋਚ, ਆਪਣੀ ਇਹ ਵਿਚਾਰਧਾਰਾ, ਜੋ ਇਸ ਦੇ ਵਿੱਚ ਗਿਆਨ ਹੈ, ਜੋ ਇਹਦੇ ਵਿੱਚ ਬਖਸ਼ਿਸ਼ ਹੈ, ਮੈਨੂੰ ਉਹ ਦੇ ਦੇ, ਮੈਨੂੰ ਸਮਝ ਦੇ, ਸ਼ਬਦੇ ਦੇ ਬੁਝਾਈ। ਜਿੱਥੇ ਮੈਂ ਮਰਦਾ, ਜਿੱਥੇ ਮੈਨੂੰ ਬੰਧਨ ਪੈਂਦੇ, ਜਿੱਥੇ ਮੈਂ ਡਿੱਗਦਾ, ਜਿੱਥੇ ਮੈਂ ਦੁਖੀ ਹੁੰਦਾ, ਉਹ ਮੈਨੂੰ ਰਾਹ ਦੱਸਦੇ, ਉਸ ਸ਼ਬਦ ਨਾਲ ਜੁੜ ਕੇ ਮੈਂ ਇਹ ਸ਼ਬਦ ਤੇਰਾ ਮੇਰੀ ਜ਼ਿੰਦਗੀ ਦੀ ਅਗਵਾਈ ਕਰਨਾ ਚਾਹੇ, ਇੱਕ ਇੱਕ ਪ੍ਰਕਾਰ ਮੈਂ ਗਰੀਬ ਹਾਂ। ਥੱਲਾ ਲਈਏ ਗੁਰੂ ਦੇ ਕੋਲ, ਗੁਰੂ ਰਹਿਮ ਪ੍ਰਣਾਮ ਦੀ ਵਾਰ ਮੰਗੀਏ ਗੁਰੂ ਕੋਲੋਂ। ਮੈਂ ਪਹਿਲਾਂ ਬੇਨਤੀ ਕੀਤੀ, ਜੋ ਮੰਗਿਆ ਅਖੀਰ ਤੇ ਗੁਰਦੇਵ ਦੱਸਣ ਕਿਸੇ ਸ਼ਬਦ ਵਿੱਚ, ਜੇ ਤੂੰ ਮੰਗੇਗਾ ਉਹੀ ਤੂੰ ਉਹਨੇ ਦੇ ਦੇਣਾ ਲੈ, ਜੋ ਤੂੰ ਮੰਗਿਆ ਨਹੀਂ ਉਹ ਦੇਣੇ ਮਿਲਣੇ ਨਹੀਂ, ਤੇ ਰੱਬ ਦਾ ਨਿਯਮ ਹੈ। ਅੱਗੇ ਫਿਰ ਸਤਿਗੁਰ ਜੀ ਫਿਰ ਅਰਦਾਸ ਕਰਦੇ ਰਹਾਓ ਦੇ ਮਨ ਵਿੱਚ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਬਾਣੀ ਨੂੰ ਵਿਚਾਰਦੇ ਜਾਈਏ, ਬਸ ਬਾਣੀ ਵਿੱਚ ਰਸ ਹੀ ਰਸ, ਬਖਸ਼ਿਸ਼ ਨੂੰ ਬਖਸ਼ਿਸ਼ ਹੁੰਦੇ, ਅਣੰਤ ਹੀ ਅਣੰਤ। ਕੀ ਕਹਿ ਰਹੇ ਸਤਿਗੁਰੂ ਅੱਗੇ, ਹਰੀ ਜੀਓ ਮੇਰੇ ਰੱਬ ਜੀ, ਕਿਰਪਾ ਕਰੋ ਮੇਰੇ ਤੇ। ਗੁਰੂ ਅਮਰਦਾਸ ਮਹਾਰਾਜ ਨੇ ਦੇਖਿਆ ਸੀ, ਗੁਰੂ ਤੋਂ ਬਗੈਰ ਦੁਨੀਆਂ ਠੋਕਰਾਂ ਨੇ, ਜ਼ਿੰਦਗੀ ਵਿੱਚ ਬੈਠੇ ਨਹੀਂ ਸੀ, ਕੋਈ ਧਾਰਮਿਕ ਕਰਮ ਕਾਂਡ ਉਹਨਾਂ ਨੇ ਛੱਡਿਆ ਨਹੀਂ ਸੀ ਜ਼ਿੰਦਗੀ ਵਿੱਚ।
ਹਰ ਧਰਮ ਕਰਮ ਉਹਨਾਂ ਨੇ ਕੀਤਾ। 22 ਵਾਰ ਉਹ ਹਰਿਦੁਆਰ ਗਏ ਸਨ, ਪਰ ਜ਼ਿੰਦਗੀ ਵਿੱਚ ਗੁਰੂ ਨਹੀਂ ਆਇਆ। ਕੋਸ਼ਿਸ਼ ਲੱਭ ਰਹੇ ਨੇ ਉਹ ਸੁੱਖ, ਉਹ ਸਕੂਨ, ਉਹ ਆਨੰਦ, ਉਹ ਖੇੜਾ, ਉਹ ਭਾਲ ਰਹੇ ਨੇ ਕਿਤੇ ਮਿਲ ਜਾਏ। ਨਾ ਕਿਸੇ ਦਾਨ ਵਿੱਚੋਂ ਮਿਲਿਆ, ਨਾ ਕਿਸੇ ਪੁੰਨ ਵਿੱਚੋਂ ਮਿਲਿਆ, ਨਾ ਕਿਸੇ ਕਰਮ ਕਾਂਡ ਵਿੱਚੋਂ ਨਹੀਂ ਮਿਲਿਆ। ਕਦੋਂ ਮਿਲਿਆ? ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਜ਼ਿੰਦਗੀ ਵਿੱਚ ਆਏ, ਜਦੋਂ ਗੁਰੂ ਨਾਨਕ ਸਾਹਿਬ ਦੀ ਇਹ ਸੋਚ ਉਹਨਾਂ ਦੇ ਹਿਰਦੇ ਵਿੱਚ ਵਸੀ ਨਾ, ਉਸ ਤੋਂ ਬਾਅਦ ਫਿਰ ਸਾਰਾ ਕੁਛ ਮਿਲਿਆ। 62 ਸਾਲ ਦੀ ਉਮਰ ਤੱਕ ਨਹੀਂ ਸੀ ਮਿਲਿਆ, 62 ਤੋਂ 72 ਸਾਲ ਦੀ ਉਮਰ ਤੱਕ 10 ਸਾਲ ਫਿਰ ਗੁਰੂ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਆਪਣੀ ਸੁਰਤ ਵਿੱਚ ਵਸਾਇਆ। ਉਸ ਤੋਂ ਬਾਅਦ ਕਹਿ ਰਹੇ ਨੇ ਭਾਈ ਜ਼ਿੰਦਗੀ ਵਿੱਚ ਜੇ ਗੁਰੂ ਜੀ ਨਾਲ ਤੁਹਾਡੇ ਸੱਚਾ ਪਖੰਡੀ ਬੜੇ, ਪਖੰਡੀ ਗੁਰੂ ਨਾਲ ਵਸਾ ਲੈਣਾ ਕਿੱਥੇ? ਸੱਚਾ ਗੁਰੂ, ਸਤਿਗੁਰੂ, ਸੱਚਾ ਜਿਹਦਾ ਸੱਚ ਹੀ ਸੱਚ ਹੈ, ਉਹ ਗੁਰੂ ਤੁਹਾਡੀ ਸੋਚ ਵਿੱਚ, ਤੁਹਾਡੀ ਜ਼ਿੰਦਗੀ ਵਿੱਚ। ਰੱਬ ਅੱਗੇ ਅਰਦਾਸ ਕਰਦੇ ਨੇ, ਹੇ ਪ੍ਰਮਾਤਮਾ ਮੇਰੇ 'ਤੇ ਕਿਰਪਾ ਕਰੋ, ਮੈਨੂੰ ਨਾਮ ਦੇਣ ਵਾਲਾ ਸਤਿਗੁਰੂ ਪਹਿਚਾਣ ਦਿਓ, ਸਤਿਗੁਰ ਦਾਤਾ, ਕਿਉਂਕਿ ਸਤਿਗੁਰੂ ਨੇ ਹੀ ਮੈਨੂੰ ਨਾਮ ਦੀਆਂ ਵਡਿਆਈਆਂ ਦੇਣੀਆਂ ਨੇ, ਹੋਰ ਨਹੀਂ ਕਿਸੇ ਨੂੰ। ਸਤਿਗੁਰ ਤੋਂ ਹੀ ਮੈਨੂੰ ਨਾਮ ਦੀ ਸਮਝ ਆਉਣੀ ਹੈ, ਜੇ ਸਤਿਗੁਰੂ ਜ਼ਿੰਦਗੀ ਵਿੱਚ ਆਇਆ ਤਾਂ ਕੋਈ ਨਾਮ ਦੀ ਸਮਝ ਨਹੀਂ। ਨਾਮ ਦੇ ਵਿੱਚ ਸਾਰੇ ਰੱਬ ਦੇ ਗੁਣ ਆਉਂਦੇ ਨੇ, ਸਭ ਕੁਛ। ਇੱਕ ਰੱਬ ਦਾ ਨਾਮ ਜਪਣ ਲੱਗਣਾ, ਜ਼ਿੰਦਗੀਆਂ ਵੀ ਚੰਗਿਆਈਆਂ ਨੇ ਦੁਨੀਆਂ ਦੀਆਂ, ਉਹ ਨਾਮ ਦੁਨੀਆਂ ਹੋਈਆਂ ਹੁੰਦੀਆਂ, ਸਾਰਾ ਕੁਛ ਉਹਦੇ ਵਿੱਚ ਆ ਜਾਂਦਾ, ਜੋ ਚੰਗੀਆਂ। ਅਤੇ ਜੇ ਨਾਮ ਭੁੱਲ ਜਾਏ ਤਾਂ ਵਿਕਾਰ ਆ ਜਾਣ, ਸਾਰੀਆਂ ਬੁਰਾਈਆਂ ਜ਼ਿੰਦਗੀ ਦੀਆਂ ਵਿੱਚ ਆ ਜਾਂਦੀਆਂ। ਨਾਮ ਹੀ ਲਿਆਉਣਾ ਚਾਹੁੰਦੇ ਧੱਕੇ ਨਾਲ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰ ਦਾਤਾ ਮੇਲ ਮਿਲਾਵੋ, ਸੱਚਾ ਗੁਰੂ ਜਿਹੜਾ ਨਾਮ ਦਾ ਦਾਤਾ ਹੈ ਉਹਦੇ ਨਾਲ ਮੇਰਾ ਮੇਲ ਕਰਾ ਦੇ, ਫਿਰ ਉਹ ਸਤਿਗੁਰੂ ਮੇਰੇ ਨਾਲ ਮਿਲੇਗਾ। ਅਤੇ ਫਿਰ ਨਾਲ ਇੱਕ ਹੋਰ ਕਿਰਪਾ ਕਰੋ, ਹਰ ਨਾਮ ਦੇਵੋ ਆਧਾਰੇ, ਆਧਾਰ ਆਸਰਾ ਬੇਸ, ਸਾਡੀ ਜ਼ਿੰਦਗੀ ਦਾ ਆਸਰਾ ਜਿਹੜਾ ਨਾ ਪਰਮਾਤਮਾ ਦਾ ਨਾਮ ਹੈ। ਜੇ ਅਸੀਂ ਜ਼ਿੰਦਗੀ ਵਿੱਚ ਅਡੋਲ ਰਹਿਣਾ ਚਾਹੁੰਦੇ ਹਾਂ ਫਿਰ ਆਪਣੀ ਜ਼ਿੰਦਗੀ ਦਾ ਬੇਸ ਰੱਬ ਦਾ ਨਾਮ ਅਤੇ ਸਤਿਗੁਰ ਦੀ ਸੋਚ ਨੂੰ ਬਣਾਈਏ। ਅਤੇ ਜੇ ਡੋਲਦੇ ਰਹਿਣਾ ਹੈ ਤਾਂ ਕਿਹਾ ਇੱਧਰ ਡਿੱਗ ਗਿਆ, ਇੱਧਰੋਂ ਧੱਕਾ ਲੱਗਾ, ਉੱਧਰ ਡਿੱਗ ਗਿਆ, ਉੱਧਰ ਇੱਧਰ ਡਿੱਗ ਗਿਆ, ਕਿਤੇ ਚੜ੍ਹੀ ਨਹੀਂ, ਟਿਕਾਉ ਨਹੀਂ ਹੈ, ਫਿਰ ਤਾਂ ਲੱਗੇ ਫਿਰਦੇ ਹਾਂ ਜਿਸ ਦਿਨ ਠੀਕ ਹੈ। ਜੇ ਜ਼ਿੰਦਗੀ ਨੂੰ ਇੱਕ ਅਡੋਲ ਬਣਾਉਣਾ ਅਤੇ ਉਹਦਾ ਬੇਸ ਪਰਮਾਤਮਾ ਦਾ ਨਾਮ। ਹੁਣ ਜੇ ਸਵੇਰੇ ਉੱਠਦੇ ਸਾਰ ਹੀ ਪਰਮਾਤਮਾ ਦੇ ਨਾਮ ਨੂੰ ਬੇਸ ਬਣਾਇਆ ਜਾਏ, ਉੱਠ ਕੇ ਕੁਛ ਸਮਾਂ ਬੈਠ ਕੇ ਰੱਬ ਰੱਬ ਕੀਤਾ ਜਾਏ, ਫਿਰ ਗੁਰਬਾਣੀ ਨੂੰ ਸਾਹ ਬਣਾ ਲਈ ਜਾਏ, ਦੇਖਿਆ ਤਾਂ ਦਿਨ ਕਿਹੋ ਜਿਹਾ ਲੱਗਦਾ। ਅਤੇ ਅਸੀਂ ਸਵੇਰੇ ਹਾਏ ਹਾਏ ਬੁਰਾ ਹਾਲ, ਮਰ ਗਏ, ਖੱਪ ਗਏ, ਪਤਾ ਨਹੀਂ ਕੀ ਹੋਇਆ, ਬੁਰਾ ਹਾਲ ਹਾਏ ਹਾਏ ਕਰਦਾ ਬੰਦਾ ਉੱਠਦਾ, ਜਦੋਂ ਦਿਨ ਦੀ ਸ਼ੁਰੂਆਤ ਦਿਨ ਦਾ ਬੇਸ ਕੀ ਆ ਜਾਂਦਾ ਹਾਏ, ਫਿਰ ਸਾਰਾ ਦਿਨ ਕੀ ਰਹਿਣ ਲੱਗਾ। ਫਿਰ ਅਸੀਂ ਪਾਸ ਰੱਖਦੇ ਹਾਂ ਕਿ ਇਹ ਦਿਨ ਦੀ ਸ਼ੁਰੂਆਤ ਢਹਿੰਦੀ ਕਲਾ ਵਿੱਚ ਹੋਈ ਹੈ ਅਤੇ ਸਾਰਾ ਦਿਨ ਚੜ੍ਹਦੀ ਕਲਾ ਵਿੱਚ ਰਹਾਂਗੇ? ਨਾ, ਕਿਸੇ ਮਨੋ ਚਿਕਿਤਸਕ ਨੂੰ ਜਾ ਕੇ ਪੁੱਛ ਲਓ, ਮਨੋਵਿਗਿਆਨੀ ਨੂੰ ਪੁੱਛ ਲਓ ਜਾ ਕੇ ਕੀ ਹੋਏਗਾ, ਤੇਰੇ ਲੋਕ ਹੈਗਾ ਵੀ ਇਹ ਗੱਲ ਜੋ ਤੁਸੀਂ ਵੀ ਸੋਚਿਆ ਸਾਰਾ ਦਿਨ। ਇੱਕ ਪਿੰਡ ਦੇ ਵਿੱਚ ਇੱਕ ਨਾ ਬਜ਼ੁਰਗ ਸੀ, ਬਜ਼ੁਰਗ
ਛੋਟਾ ਜਿਹਾ ਘਰ ਹੈ, ਕੰਮ ਕਾਰ ਕਰਦਾ ਹੈ, ਬੜੀ ਖੁਸ਼ੀ ਵਿੱਚ ਹੋਣਾ, ਬੜੇ ਖੇੜੇ ਵਿੱਚ ਰਹਿਣਾ, ਹੱਸਦਿਆਂ ਰਹਿਣਾ, ਸਾਰਾ ਆਨੰਦ ਵਿੱਚ। ਇੱਕ ਦਿਨ ਪਿੰਡ ਵਾਲੇ ਕਹਿਣ ਲੱਗੇ ਕਿ ਪਤਾ ਨਹੀਂ ਇਹਦੇ ਕੋਲ ਕਿਹੜੀ ਬੂਟੀ ਹੈ ਵੀ ਕਦੇ ਇਸ ਬੰਦੇ ਨੂੰ ਝੋਲੇ ਨਹੀਂ ਰੱਖਿਆ, ਦੁੱਖ ਸੁੱਖ ਖੁਸ਼ੀ ਗਮੀ ਸਰਦੀ ਗਰਮੀ, ਅਗਰ ਵੀ ਬਾਹਰ ਹੁੰਦੀ ਅਸੀਂ ਇੱਥੇ ਅੰਦਰ ਹੀ ਰੌਲਾ ਪਾਈ ਜਾਂਦਾ, ਹਾਏ ਬੁਰਾ ਹਾਲ ਹੋ ਗਿਆ, ਬੁਰਾ ਹਾਲ ਹੋ ਗਿਆ, ਦੱਸੋ ਅਤੇ ਕੀ ਹੋ ਗਿਆ। ਗਰਮੀ ਤਾਂ ਹੈ, ਕੋਈ ਗੱਲ ਨਹੀਂ, ਜੇ ਗਰਮੀ ਜ਼ਿਆਦਾ ਹੋਵੇ ਤਾਂ ਡਿੱਗ ਜਾਂਦੇ ਹਾਂ, ਸਰਦੀ ਜ਼ਿਆਦਾ ਤਾਂ ਡਿੱਗ ਜਾਂਦੇ ਹਾਂ, ਨਾ ਹੋਏ ਤਾਂ ਡਿੱਗ ਜਾਂਦੇ, ਪਤਾ ਨਹੀਂ ਕਦੋਂ ਅਸੀਂ ਕਿੱਥੇ ਅਸੀਂ ਟਿਕਾਂਗੇ, ਟਿਕਾ ਕਿੱਥੇ ਸਾਨੂੰ, ਕਿਸੇ ਹਾਲਤ ਵਿੱਚ ਹਾਲਤ ਨਹੀਂ। ਗੁਰਮਤਿ ਕਹਿੰਦੇ ਹਰ ਹਾਲਾਤ ਵਿੱਚ ਤੇਰੇ ਵਿੱਚ ਟਿਕਾ ਹੋਵੇ, ਬਸ ਸਰਦੀ ਹੋਵੇ ਫਿਰ ਕੀ, ਤੇਰੀ ਰਜ਼ਾ ਹੈ, ਗਰਮੀ ਤੇਰੀ ਰਜ਼ਾ ਹੈ, ਬਰਸਾਤ ਤੇਰੀ ਰਜ਼ਾ ਹੈ, ਠੀਕ ਹੈ, ਕਿਉਂਕਿ ਮੈਂ ਤਾਂ ਬਦਲ ਨਹੀਂ ਸਕਦਾ ਨਾ ਤੇਰੇ, ਮੈਂ ਆਪਣੇ ਆਪ ਨੂੰ ਬਦਲ ਸਕਦਾ, ਮੈਂ ਆਪਣੇ ਆਪ 'ਤੇ ਕੰਮ ਕਰਨਾ, ਨਾ ਕਿ ਮੈਂ ਕਹਾਂ ਕਿ ਇਹ ਦੁਨੀਆ ਰੱਬ ਦੀ ਤੁਸੀਂ ਆਪਣੇ ਨਿਯਮ ਬਦਲ ਦਿਓ, ਨਾ ਉਹਨੇ ਨਹੀਂ ਬਦਲਣੇ, ਮੈਨੂੰ ਬਦਲਣਾ ਪੈਣਾ। ਉਹ ਬੰਦੇ ਇਕੱਠੇ ਹੋ ਕੇ ਕਹਿਣ ਲੱਗੇ ਵੀ ਸਾਨੂੰ ਵੀ ਦੱਸ ਬਈ ਤੇਰੇ ਕੋਲ ਕਿਹੜੀ ਬੂਟੀ ਹੈ, ਤੂੰ ਬੜਾ ਖੁਸ਼ ਰਹਿੰਦਾ, ਅਸੀਂ ਤੇਰੇ ਕੋਲ ਕੱਖ ਵੀ ਨਹੀਂ, ਜ਼ਿਆਦਾ ਗੁਜ਼ਾਰਾ ਚੱਲਦਾ ਤੇਰਾ, ਉਸਨੇ ਨਾ ਬਚਨ ਦਿੱਤਾ ਨਾ ਕਮਾਲ ਦਾ ਸੀ, ਉਸ ਨੂੰ ਸਾਂਭ ਲਈ। ਉਹ ਕਹਿੰਦਾ ਜਦੋਂ ਮੈਂ ਸਵੇਰੇ ਉੱਠਦਾ ਅਤੇ ਮੈਂ ਜਦੋਂ ਉੱਠਦਾ ਅਤੇ ਮੇਰੇ ਸਾਹਮਣੇ ਦੋ ਗੱਲਾਂ ਹੁੰਦੀਆਂ, ਦੋ ਹਾਲਾਤ ਹੁੰਦੇ, ਦੋ ਪਰਿਸਥਿਤੀਆਂ ਹੁੰਦੀਆਂ, ਵੀ ਸਾਰਾ ਦਿਨ ਦੁਖੀ ਰਹਿਣਾ ਹੈ ਜਾਂ ਸੁਖੀ ਰਹਿਣਾ, ਖੁਸ਼ ਰਹਿਣਾ ਜਾਂ ਝੁਕਦੇ ਰਹਿਣਾ, ਅਤੇ ਮੈਂ ਉੱਥੇ ਫੈਸਲਾ ਲੈਣਾ ਵੀ ਸਾਰਾ ਦਿਨ ਖੁਸ਼ ਰਹਿਣਾ, ਬਸ ਮੈਂ ਸਵੇਰੇ ਫੈਸਲਾ ਲੈ ਲੈਂਦਾ, ਅੱਜ ਦਾ ਦਿਨ ਜਿਹੜਾ ਸਾਰਾ ਖੁਸ਼ੀ ਨਾਲ ਬਤੀਤ ਹੋਇਆ, ਬਸ ਇਹ ਹੈ ਮੇਰੀ ਜ਼ਿੰਦਗੀ ਦਾ ਰਾਜ। ਤੂੰ ਬੇਨਤੀ ਕਰਦਾ ਕਿ ਜੇ ਗੁਰੂ ਦੇ ਕੋਲੋਂ ਸਤਿਗੁਰੂ ਕੀ ਮੰਨਦੇ ਨੇ ਕਿ ਮੇਰੀ ਜ਼ਿੰਦਗੀ ਦਾ ਆਧਾਰ ਤੇਰਾ ਨਾਮ, ਮੇਰੀ ਜ਼ਿੰਦਗੀ ਤੇਰੇ ਨਾਮ ਦੇ ਆਸਰੇ ਕੀਤੀ ਹੋਵੇ। ਫਿਰ ਕਬੀਰ ਜੀ ਕੀ ਕਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀ ਨੀ ਹਰ ਮੇਰੀ। ਕਬੀਰ ਜੀ ਕਹਿੰਦੇ ਨੇ ਮੇਰਾ ਬੇਸ ਜ਼ਿੰਦਗੀ ਦਾ ਰੱਬ ਤੂੰ ਹੈ, ਤੂੰ ਮੇਰੋ ਮੇਰ, ਮੇਰ ਕਹਿੰਦੇ ਪਰਬਤ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ, ਓਟ ਤੱਕੀ ਹੈ ਮੈਂ ਤੇਰੇ ਨਾਲ ਜੁੜਿਆ, ਨਾ ਤੁਮ ਡੋਲੋ ਮੈਂ ਤੇਰਾ, ਤੈਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ, ਨਾ ਤੂੰ ਡੋਲਣਾ ਅਤੇ ਮੈਂ ਤੇਰੇ ਨਾਲ ਡਿੱਗਾ ਮੈਂ ਫਿਰ ਕਦੋਂ ਡੋਲਾਂ, ਨਾ ਤੁਮ ਡੋਲੋ ਨਾ ਹਮ ਕਿਰਤੇ, ਨਾ ਤੂੰ ਡੋਲਣਾ ਅਤੇ ਨਾ ਮੈਂ ਡਿੱਗਾਂਗਾ, ਅਸੀਂ ਆਸਰੇ ਕਿਤੇ ਤੱਕੇ ਨੇ ਜਿਹੜੇ ਆਪ ਡੋਲਦੀ ਫਿਰਦੀ। ਕਬੀਰ ਮਾਇਆ ਡੋਲਣੀ ਪਵਨ ਚਕੋਲਣ ਹਾਰ, ਇਹ ਮਾਇਆ ਜੀ ਦੇ ਆਸਰੇ ਤੱਕ ਨਾ ਤਾਂ ਆਪ ਡੋਲਦੀ ਫਿਰਦੀ ਹੈ, ਇੱਧਰੋਂ ਹਵਾ ਲੱਗੇ ਅਤੇ ਉੱਧਰ ਚਲੀ ਜਾਂਦੀ ਹੈ, ਉੱਧਰੋਂ ਲੱਗੇ ਅਤੇ ਉੱਧਰ ਚਲੀ ਜਾਂਦੀ ਹੈ, ਅਸੀਂ ਉਹਨੂੰ ਪਕੜ ਕੇ ਡੋਲਦੇ ਫਿਰ ਜਾਂਦੇ ਪਜਾਈ ਕਰਦੀ। ਜੇ ਕਿਤੇ ਰੱਬ ਦੇ ਨਾਮ ਨਾਲ ਜੁੜੀਏ ਨਾ ਫਿਰ ਨਹੀਂ ਡੋਲਣ ਪੈਂਦਾ, ਗੁਜ਼ਰਾਂ ਨੇ ਮਾਇਆ ਦੁਨੀਆਂ ਦੀ ਅਤੇ ਆਉਂਦੀ ਸਾਰੀ ਹੈ, ਚੱਲ ਰਿਹਾ ਕੰਮ ਗੁਜ਼ਾਰਾ, ਬਸ ਇਹਨੂੰ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ ਨਹੀਂ ਕਰਨ ਦਿੰਦੇ ਗੁਰਮੁਖ ਚੜ੍ਹੇ, ਕਿ ਤੂੰ ਮੇਰੀ ਜ਼ਿੰਦਗੀ ਦੇ ਫੈਸਲੇ ਲੈਣਾ, ਮੇਰੀ ਜ਼ਿੰਦਗੀ ਦੇ ਫੈਸਲੇ ਮੇਰਾ ਗੁਰੂ ਲਏਗਾ, ਮੇਰਾ ਰੱਬ ਲਏਗਾ, ਤੂੰ ਕੌਣ ਹੈ।
ਅਸੀਂ ਮਾਇਆ ਤੋਂ ਫੈਸਲੇ ਕਰਾਉਂਦੇ ਹਾਂ, ਇਸ ਕਰਕੇ ਡੋਲਦੇ ਹਾਂ। ਸੱਚੇ ਪਾਤਸ਼ਾਹ ਦੀ ਕਿਰਪਾ ਕਰ ਰਹੇ ਨੇ ਕਬੀਰ ਜੀ, ਕਹਿੰਦੇ ਨੇ ਕਿ ਮੇਰੀ ਜ਼ਿੰਦਗੀ ਦਾ ਆਸਰਾ ਤੂੰ। ਆਓ ਅੱਗੇ ਹੁਣ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਨਾਲ ਜੁੜ ਕੇ ਜ਼ਿੰਦਗੀ ਦਾ ਆਸਰਾ ਰੱਬ ਦਾ ਨਾਮ ਬਣਾ ਲਿਆ, ਉਹਨਾਂ ਦੀ ਹਾਲਤ ਉਹ ਕਿਹੋ ਜਿਹੇ ਹੁੰਦੇ ਨੇ ਬੰਦੇ। ਅਗਲੀ ਪੰਕਤੀ ਵਿੱਚ ਗੁਰਦੇਵ ਸਪਸ਼ਟ ਕਰਦੇ ਨੇ, ਧਿਆਨ ਨਾਲ ਸੁਣਨਾ ਉਹ ਪੰਕਤੀ ਨੂੰ। ਸਾਹਿਬ ਜੀ ਕਹਿੰਦੇ ਨੇ ਕਿ ਦੁਬਦਾ ਮਾਰ ਸਹਿਜ ਸਮਾਣੀ ਪਾਇਆ ਨਾਮ ਅਪਾਰ, ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰ। ਸਾਹਿਬ ਕਹਿੰਦੇ ਆ ਉਹਨਾਂ ਦੇ ਦਰਸ਼ਨ ਕਰੀਏ ਜਿਨ੍ਹਾਂ ਨੇ ਬੇਅੰਤ ਪਰਮਾਤਮਾ ਦਾ ਨਾਮ ਨੂੰ ਪਾ ਲਿਆ, ਜਿਨ੍ਹਾਂ ਨੇ ਗੁਰੂ ਦੇ ਕੋਲੋਂ ਨਾਮ ਪਾਇਆ ਅਤੇ ਜ਼ਿੰਦਗੀ ਦਾ ਬੇਸ ਨਾਮ ਨੂੰ ਬਣਾ ਲਿਆ। ਉਹ ਕੀ ਕਰਦੇ ਨੇ? ਮਨਸਾ ਮਾਰ। ਮਨਸਾ ਦਾ ਮਤਲਬ ਹੈ ਵਾਸ਼ਨਾਵਾਂ, ਵਾਸ਼ਨਾ ਵਿਕਾਰਾਂ ਦੇ ਵਿੱਚੋਂ ਵਾਸ਼ਨਾਵਾਂ ਪੈਦਾ ਹੁੰਦੀਆਂ, ਮਾੜੀ ਸੋਚ, ਵਿਕਾਰੀ ਸੋਚ ਜਿਸਨੂੰ ਕਹਿੰਦੇ, ਉਸਨੂੰ ਵਾਸ਼ਨਾ। ਉਹਨਾਂ ਦੀ ਜ਼ਿੰਦਗੀ ਚੋਂ ਕੀ ਹੁੰਦਾ, ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਉਹ ਕੌਣ ਹੁੰਦੇ ਨੇ? ਉਹ ਆਪਣੀ ਜ਼ਿੰਦਗੀ ਵਿੱਚ ਸਾਰੀਆਂ ਵਾਸ਼ਨਾਵਾਂ ਨੂੰ ਮਾਰ ਦਿੰਦੇ, ਉਹਨਾਂ ਵਿੱਚ ਵਾਸ਼ਨਾ ਨਹੀਂ ਹੁੰਦੀ, ਕੋਈ ਵਿਕਾਰ। ਹੁਣ ਜਿਹਦੇ ਵਿੱਚ ਕੋਈ ਵਿਕਾਰ ਨਹੀਂ ਹੈ ਉਹ ਬੰਦਾ ਕਦੋਂ ਬੋਲੇਗਾ? ਬੁਲਾਉਂਦਾ ਸਾਨੂੰ ਕੌਣ ਹੈ? ਦੁਖੀ ਸਾਨੂੰ ਕੌਣ ਕਰਦਾ? ਸਾਡੇ ਵਿਕਾਰ, ਸਾਡੀਆਂ ਵਾਸ਼ਨਾਵਾਂ। ਜਦੋਂ ਵਾਸ਼ਨਾਵਾਂ ਪੈਦਾ ਹੋ ਜਾਣ ਫਿਰ ਬੰਦਾ ਮੰਗਦਾ ਬਣ ਦਿੰਦਾ, ਫਿਰ ਡੇਗਦਾ ਹੈ, ਡੋਲਦਾ ਹੈ, ਔਖਾ ਹੁੰਦਾ। ਜਦ ਅਖਾਣ ਦੀ ਵਾਸ਼ਨਾ ਹੈ, ਮਾੜਾ ਦੇਖਣ ਦੀ ਵਾਸ਼ਨਾ ਪੈਦਾ ਹੋ ਜਾਏ, ਮਾੜਾ ਬੋਲਣ ਦੀ ਵਾਸ਼ਨਾ ਪੈਦਾ ਹੋ ਜਾਏ, ਮਾੜਾ ਸੋਚਣ ਦੀ ਵਾਸ਼ਨਾ ਪੈਦਾ ਹੋ ਜਾਏ, ਮਾੜਾ ਫਿਰ ਬੰਦਾ ਸੁਖੀ ਥੋੜ੍ਹੀ ਰਹਿ ਸਕਦਾ। ਜਿਨ੍ਹਾਂ ਨੇ ਜ਼ਿੰਦਗੀ ਦਾ ਆਧਾਰ ਨਾ ਬਣਾਇਆ, ਮਨਸਾ ਮਾਰ ਆਪਣੀਆਂ ਵਾਸ਼ਨਾਵਾਂ ਤਾਲੂ ਕਰ। ਜਿੰਨਾ ਚਿਰ ਬੰਦੇ ਵਿੱਚ ਵਾਸ਼ਨਾ ਹੈ ਉਨਾ ਚਿਰ ਬੰਦੇ ਵਿੱਚ ਦੁਬਦਾ ਹੋ ਗਈ। ਦੁਬਦਾ ਮਤਲਬ ਹੁੰਦਾ ਤੇਲ ਮੇਰ, ਡਾਵਾ ਡੋਲ ਹਾਲਤ, ਡੋਲਦਾ ਰਹਿੰਦਾ ਬੰਦਾ ਦੁਬਦਾ। ਮਨ ਦੀ ਦੋਰੁਖੀ ਚਾਲ, ਸਹੀ ਜ਼ਿੰਦਗੀ ਦੇ ਫੈਸਲੇ ਬੰਦਾ ਨਹੀਂ ਕਰ ਸਕਦਾ ਜਿਹੜਾ ਦੁਬਦਾ ਵਿੱਚ ਹੈ, ਕਦੇ ਵੀ ਫੈਸਲਾ ਲੈ ਸਕਦਾ। ਦੁਬਦਾ ਕਦੋਂ ਖਤਮ ਹੁੰਦੀ? ਜਦੋਂ ਇੱਕ ਗੁਰੂ ਨਾਲ ਜੁੜਾਂਗੇ। ਮੇਰਾ ਗੁਰੂ ਹੈ, ਕਹਿ ਰਿਹਾ ਹੈ ਮੇਰੇ ਵਾਸਤੇ ਕਿ ਸਾਰੀ ਦੁਨੀਆਂ ਵਾਸਤੇ ਗੁਰੂ ਦਾ ਫੈਸਲਾ ਅਟਲ ਹੈ, ਚੰਗਾ ਹੈ, ਇਸ ਕਰਕੇ ਮੈਂ ਫੈਸਲਾ ਲੈਣ ਲੱਗਾ ਗੁਰੂ ਦੇ ਆਸ਼ਰੇ ਤੇ। ਮੈਂ ਕਹਾਂ ਦੁਬਦਾ ਕਿੱਥੇ ਦਿੰਦੀ ਹੈ? ਜਦੋਂ ਗੁਰੂ ਸਾਡੀ ਸੋਚ ਵਿੱਚ ਬੈਠੇਗਾ ਫਿਰ ਦੁਬਦਾ ਕਿਉਂ? ਦੁਬਦਾ ਦਾ ਮਤਲਬ ਹੁੰਦਾ ਹੈ ਕਿ ਤੇਰ ਮੇਰ ਰੱਖਣੀ। ਕਿਵੇਂ? ਮੇਰੇ ਬੱਚੇ ਵਿੱਚ ਔਗਣ ਨੇ ਚੰਗਾ ਲੱਗ ਗਿਆ, ਭਰਾ ਦੇ ਬੱਚੇ ਚ ਗੁਣ ਨੇ ਫਿਰ ਵੀ ਭੈੜਾ ਲੱਗਦਾ, ਇਹ ਵੀ ਦੁਬਦਾ, ਇਹ ਤੇਰ ਮੇਰ ਨਹੀਂ। ਜਿਹੜਾ ਰੱਬ ਦੇ ਨਾਮ ਜਿਹੜਾ ਉਹ ਸਾਰੇ ਉੱਪਰ ਲੱਗ ਗਏ, ਕੋਈ ਸਭ ਠੀਕ। ਜੇ ਕੋਈ ਮਾੜੀ ਸੋਚ ਰੱਖਦਾ ਤੇ ਉਹਦੇ ਵਿੱਚ ਔਗਣ ਹੈ ਕੋਈ, ਜਿਹਦੇ ਵਿੱਚ ਗੁਣ ਨੇ ਭਾਵੇਂ ਦੁਸ਼ਮਣ ਹੈ ਚੰਗਾ ਹੈ। ਉਹ ਇਹ ਨਹੀਂ ਕਿ ਦੁਬਦਾ ਵਿੱਚ ਜੀਵਨ ਬਤੀਤ ਕਰੇਗਾ। ਔਰ ਦੁਬਦਾ ਦੇ ਬਾਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਸਭ ਤੋਂ ਬਲਵਾਨ ਹੈ,
ਜਿਸ ਨੂੰ ਅੱਜ ਤੱਕ ਮਾਰਨ ਵਿੱਚ ਬੜਾ ਔਖਿਆਈ ਹੈ ਕਿ ਕੋਈ ਵਿਰਲੇ ਵਿਰਲੇ ਨੇ ਜਿਹੜੇ ਕੋਈ ਉਸਨੂੰ ਮਾਰਦੇ ਨੇ ਦੁਰਗਾ ਤੇਰ ਮੇਰ ਨੂੰ ਦਵੈਸ ਨੂੰ। ਕਬੀਰ ਜੀ ਦੇ ਬੋਲ ਮੈਂ ਤੁਹਾਨੂੰ ਸੁਣਾਵਾਂ, ਉਹ ਕਹਿੰਦੇ ਨੇ ਕਿ ਸਾਰੀ ਸ੍ਰਿਸ਼ਟੀ ਦੇ ਅੰਦਰ ਜੇ ਕਿਸੇ ਦਾ ਬੋਲ ਬਾਲਾ ਹੈ ਨਾ ਤੇ ਉਹ ਦੁਰਗਾ ਤੇਰਾ ਹੈ। ਕਿਤੇ ਆਮ ਬੰਦੇ ਨੂੰ ਤੇ ਛੱਡੀਏ, ਵੱਡੇ ਵੱਡੇ ਨਾਮ ਜਪਣ ਵਾਲੇ ਸਿੱਧ ਜੋਗੀ ਜਤੀ ਵੀ ਤੇਰੇ ਤੋਂ ਸਹਿਮੇ ਪਏ ਨੇ। ਕਬੀਰ ਜੀ ਦੇ ਬੋਲ ਨੇ, ਕਬੀਰ ਧਰਤੀ ਅਰ ਆਕਾਸ਼ਨ ਦੋਏ ਤੂੰ ਬਰੀ ਅਬਦ ਖੱਟ ਦਰਸ਼ਨ ਸੰਸੇ ਪਰੇ ਔਰ ਚੌਰਾਸੀ ਸਿੱਧ। ਕਬੀਰ ਜੀ ਕਹਿੰਦੇ ਨੇ ਕਬੀਰ ਧਰਤੀ ਔਰ ਆਕਾਸ਼ ਭਾਵ ਸਾਰੀ ਸ੍ਰਿਸ਼ਟੀ ਧਰਤੀ ਤੋਂ ਲੈ ਕੇ ਆਕਾਸ਼ ਤੱਕ ਜੋ ਵੀ ਦੋਏ ਦੁਬਦਾ ਬੜੀ ਅਬਦ ਅਬਦ ਕਹਿੰਦੇ ਜਿਹਦਾ ਵੱਧ ਨਾ ਕੀਤਾ ਜਾ, ਜਿਸ ਨੂੰ ਖਤਮ ਨਾ ਕੀਤਾ ਜਾ ਸਕੇ, ਜਿਸ ਨੂੰ ਮਾਰ ਨਾ ਸਕੇ ਬੰਦਾ ਤੂੰ ਹੈ। ਖੱਟ ਦਰਸ਼ਨ ਛੇ ਦਰਸ਼ਨ ਨੇ ਛੇ ਪੇਖ ਨੇ ਜੋ ਕਿ ਜੰਗਮ ਸਰੇ ਵਾਲੇ ਬੈਰਾਗੀ ਸੰਨਿਆਸੀ ਬੋਧੀ ਇਹ ਛੇ ਧਰਮੀ ਇਹ ਸਾਰੇ ਤੇਰੇ ਵਿੱਚ ਫਸੇ ਔਰ ਚੁਰਾਸੀ ਸਿੱਧ ਉਹ ਚੁਰਾਸੀ ਸਿੱਧ ਜਿਹੜੇ ਜਿਹੜੇ ਉੱਗੇ ਹੋਏ ਜੋਗੀ ਗਏ ਨੇ ਉਹ ਵੀ ਤੇਰੇ ਤੋਂ ਸਹਿਮੇ ਹੋਏ ਨੇ ਦੁੱਧਾ। ਬਸ ਜਿਹੜਾ ਗੁਰੂ ਨਾਲ ਦੁੱਧਦਾ ਮਨਸਾ ਨਾਲ ਦੁੱਧਦਾ ਜਿਹੜੀ ਉਹਨਾਂ ਦੀ ਕੀ ਕਰਦੀ ਹੈ ਸਹਿਜ ਸਮਾਨ ਕਨਵਰਟ ਹੋ ਜਾਂਦਾ। ਦੁਬਦਾ ਜਿਹੜੀ ਹੈ ਤੇਰ ਮੇਰ ਜਿਹੜੀ ਹੈ ਨਾ ਉਹ ਆਤਮਕ ਅਡੋਲਤਾ ਸਹਿਜ ਵਿੱਚ ਬਦਲ ਜਾਂਦੀ ਹੈ। ਜਿੱਥੇ ਅੰਦਰ ਡਾਵਾਂ ਡੋਲ ਹਾਲਤ ਬਣੀ ਹੋਈ ਸੀ, ਡੋਲ ਰਿਹਾ ਸੀ ਬੰਦਾ, ਉੱਥੇ ਅਡੋਲ ਹੋ ਗਿਆ। ਉਹਦੀ ਜ਼ਿੰਦਗੀ ਵਿੱਚ, ਉਹਦੇ ਮਨ ਵਿੱਚ ਸੱਚ, ਉਹਦੇ ਬਚਨਾਂ ਵਿੱਚ ਸੱਚ ਤੇ ਉਹਦੇ ਕਰਮਾਂ ਵਿੱਚ ਸੱਚ ਆ ਗਿਆ। ਹੁਣ ਨਹੀਂ ਡੋਲਦਾ ਮਨਸਾ ਮਾਰ ਦੁਰਦਾ ਸਹਿ ਸਵਾਣੀ ਪਾਇਆ ਨਾਮ ਅਪਾਰਾ ਜਦੋਂ ਰੱਬ ਦਾ ਨਾਮ ਮਿਲਿਆ। ਇਹ ਹੈ ਉਹਨਾਂ ਦੇ ਦਰਸ਼ਨ, ਉਹਨਾਂ ਵਿੱਚ ਤੇਰ ਮੇਰ ਨਹੀਂ ਹੁੰਦੀ, ਉਹ ਡੋਲਦੇ ਨੇ, ਉਹ ਚੜ੍ਹਦੀ ਕਲਾ ਵਿੱਚ ਹੁੰਦੇ। ਹਰ ਸਚਾਤ ਮਨ ਨਿਰਮਲ ਹੋਆ ਕਿਰਦ ਕਾਟਣ ਹਾਰਾ। ਰੱਬ ਦਾ ਨਾਮ ਜਿਹੜਾ ਸਾਰੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ। ਕੋਈ ਪਾਪ ਨਹੀਂ ਰਹਿੰਦਾ ਜਿੱਥੇ ਰੱਬ ਦਾ ਨਾਮ ਆ ਜਾਵੇ। ਉਹ ਬੰਦਾ ਫਿਰ ਰੱਬ ਦੇ ਨਾਮ ਦਾ ਰਸ ਚੱਕਦਾ। ਜਿਸ ਨੂੰ ਰੱਬ ਦੇ ਨਾਮ ਦਾ ਰਸ ਆਉਂਦਾ ਹੈ ਉਹ ਫਿਰ ਦੁਨੀਆਂ ਦੇ ਰਸਾਂ ਕਸਾਂ ਵਿੱਚ ਥੋੜ੍ਹਾ ਖੱਜਲ ਖੁਆਰ ਹੁੰਦਾ ਹੈ। ਉਹ ਤਾਂ ਕਹਿਦਾ ਕਿ ਅਵਰ ਸਾਧ ਮੈਂ ਸਗਲੇ ਚਾਖੇ ਮਨ ਹਰ ਰਸ ਸਭ ਤੇ ਮਿੱਠਾ ਜੀ। ਮੈਂ ਸਾਰੇ ਸਵਾਦ ਦੁਨੀਆਂ ਨੇ ਚੱਖੇ ਨੇ ਪਰ ਤੇਰੇ ਨਾਮ ਦਾ ਰਸ ਜਿਹੜਾ ਸੱਚੇ ਪਾਤਸ਼ਾਹ ਤੋਂ ਵੱਖਰਾ ਹੈ। ਹੁਣ ਮੈਨੂੰ ਉਹ ਆ ਗਿਆ ਫਿਰ ਮੈਂ ਹੁਣ ਨਹੀਂ ਛੱਡ ਸਕਦਾ ਸੀ। ਉਹਨਾਂ ਦਾ ਮਨ ਪਾਕ ਹੋ ਜਾਂਦਾ, ਉਹਨਾਂ ਦੀ ਸੋਚ ਪਵਿੱਤਰ ਹੋ ਜਾਂਦੀ ਹੈ। ਇਹ ਨੇ ਉਹ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਆ ਕੇ ਨਾਮ ਕੱਢਿਆ ਨਾ ਮੰਗਿਆ। ਅੱਗੇ ਸਹਿਤ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਕੇ। ਸ਼ਬਦ ਦੇ ਵਿੱਚ ਲੱਗ ਕੇ ਵਿਕਾਰਾਂ ਵਾਲੇ ਪਾਸਿਓਂ ਮਰ ਜਾਣਾ, ਮਾੜੇ ਪਾਸਿਓਂ ਅਸ਼ੋਕ ਹੋਣਾ, ਮੈਂ ਮਾੜਾ ਦੇਖਣੀ ਨਹੀਂ, ਮੇਰੇ ਵਾਸਤੇ ਹੈ ਨਹੀਂ। ਬਸ ਗੁਰੂ ਦੇ ਨਾਲ ਜੁੜਨ ਦਾ ਮਤਲਬ ਇਹ ਹੈ ਸ਼ਬਦ ਵਿੱਚ ਜੁੜ ਕੇ, ਗੁਰੂ ਦੀ ਸਿੱਖਿਆ ਵਿੱਚ ਜੁੜ ਕੇ ਮਰ ਜਾਣਾ। ਬਸ ਮੇਰੇ ਨਾਲ ਕੁਛ ਅਸ਼ੁਭ ਹੋ ਜਾ ਵਿਕਾਰ ਸਿਰ ਕੇ ਤਾਂ ਫਿਰ ਮਰਨ ਨਾ ਹੋਈ, ਫਿਰ ਤੂੰ ਮਰੇਗਾ ਨਹੀਂ ਦੁਬਾਰਾ। ਮਰਨ ਦਾ ਮਤਲਬ ਜ਼ਮੀਰ ਤਾਂ ਮਰ ਜਾਣਾ,
ਜਦੋਂ ਵੀ ਵਿਕਾਰ ਸਾਡੇ 'ਚ ਆਉਂਦਾ ਸਾਡੀ ਜ਼ਮੀਰ ਮਾਰ ਦਿੰਦਾ, ਸਾਡੇ ਅੰਦਰੋਂ ਆਤਮਕ ਮੌਤ ਹੋ ਜਾਂਦੀ ਹੈ, ਇਨਸਾਨੀਅਤ ਮਰ ਜਾਂਦੀ ਹੈ। ਜਦੋਂ ਵੀ ਕੋਈ ਵਿਕਾਰ ਆਇਆ, ਮੈਂ ਝੂਠ ਬੋਲਿਆ, ਮਰ ਗਈ ਜ਼ਮੀਰ ਮੇਰੀ, ਅਤੇ ਸਿਰ ਕਹਿੰਦੇ ਨੇ ਇੱਥੇ ਸਾਰਾ ਦਿਨ ਹੀ ਚੱਲਦਾ ਰਹਿੰਦਾ, ਜ਼ਿੰਦਗੀ ਵਿੱਚ ਚੱਲਦਾ ਰਹਿੰਦਾ। ਜੇ ਸ਼ਬਦ ਨਾਲ ਜੁੜ ਗਿਆ ਵਿਕਾਰਾਂ ਵੱਲੋਂ ਮਰ ਜਾਏਗਾ, ਫਿਰ ਜ਼ਮੀਰ ਕਰਕੇ ਕਦੇ ਜ਼ਿੰਦਗੀ ਵਿੱਚ ਨਹੀਂ ਮਰੇਗਾ। ਸਰੀਰ ਕਰਕੇ ਤਾਂ ਇੱਕ ਵਾਰ ਮਰਨਾ ਹੀ ਮਰਨਾ ਹੈ, ਜ਼ਮੀਰ ਕਰਕੇ ਨਹੀਂ ਮਰੇਗਾ। ਅੰਮ੍ਰਿਤ ਨਾਮ ਸਦਾ ਰਸ ਮਿੱਠਾ, ਸ਼ਬਦ ਭਾਵੇਂ ਕੋਈ। ਗੁਰੂ ਦੇ ਸ਼ਬਦ ਜਿਹੜੇ ਜੁੜਦੇ ਨੇ ਆਤਮਕ ਜੀਵਨ ਦੇਣ ਵਾਲੇ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਸਦਾ ਉਹ ਪੀਂਦੇ, ਉਹ ਅੰਮ੍ਰਿਤ ਜਿਹੜਾ ਫਿਰ ਇਸਨੂੰ ਆਤਮਕ ਤੌਰ 'ਤੇ ਮਰਨ ਨਹੀਂ ਦਿੰਦਾ। ਔਰ ਅਖੀਰ ਵਿੱਚ ਗੁਰਦੇਵ ਜੀ ਫਿਰ ਕਿਰਪਾ ਕਰਦੇ ਨੇ, ਸਮਝਾਉਂਦੇ ਨੇ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਾ ਜਾਪੈ ਸੇ। ਸਿਰ ਕਹਿੰਦੇ ਨੇ ਸਾਰੀਆਂ ਦਾਤਾਂ ਜਿਹੜੀਆਂ ਨੇ ਰੱਬ ਨੇ ਆਪਣੇ ਹੱਥ ਵਿੱਚ ਰੱਖੀਆਂ। ਦਾਤੈ ਦਾਤ ਰੱਖੀ ਹੱਥ ਆਪਣੇ, ਔਰ ਇੱਕ ਗੱਲ ਯਾਦ ਰੱਖਣਾ, ਉਹ ਦਾਤਾ ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ। ਇਹ ਨਹੀਂ ਕਹਿ ਸਕਦੇ ਵੀ ਮੇਰੇ ਵਿੱਚ ਰੱਬ ਹੈ ਅਤੇ ਤੁਹਾਡੇ ਵਿੱਚ ਨਹੀਂ ਹੈ, ਸਭੇ ਖਤਨਾਮ ਬੋਲ ਹੈ। ਇਹਦਾ ਮਤਲਬ ਕਿ ਰੱਬ ਮੇਰੇ ਵਿੱਚ ਹੈ ਅਤੇ ਰੱਬ ਦੀਆਂ ਦਾਤਾਂ ਵੀ ਸਾਰੀਆਂ ਮੇਰੇ ਵਿੱਚ ਆਉਣਗੀਆਂ। ਸਾਰਾ ਕੁਛ ਲੈ ਕੇ ਬੈਠੇ ਨਾ, ਔਰ ਸਾਰੀ ਸ੍ਰਿਸ਼ਟੀ ਦਾ ਮਾਲਕ ਜੇ ਮੇਰੇ ਵਿੱਚ ਅਤੇ ਸਾਰਾ ਕੁਛ ਲੈ ਕੇ ਬੈਠਾ ਹੋਇਆ, ਅਤੇ ਫਿਰ ਦਿੱਕਤ ਕਿੱਥੇ ਹੈ ਕਿ ਮਿਲ ਕਿਉਂ ਨਹੀਂ ਰਹੀਆਂ ਦਾਤਾਂ, ਕਿਉਂ ਨਹੀਂ ਲੈਣੀ? ਮੈਂ ਪਹਿਲਾਂ ਬੇਨਤੀ ਕੀਤੀ, ਮੰਗੀਆਂ ਕਿਉਂ ਨਹੀਂ? ਸਵੇਰੇ ਉੱਠਦਾ ਬੰਦਾ ਸੋਚਦਾ ਹੈ ਕਿਵੇਂ ਟਾਂਕਾ ਲਾਉਣਾ ਕਿਸੇ ਨੂੰ, ਕਿਵੇਂ ਝੂਠ ਬੋਲ ਕੇ ਕਿਵੇਂ ਗੁਮਰਾਹ ਕਰਨਾ ਕਿਸੇ, ਇਹ ਝੂਠ ਬੋਲਦਾ ਵੀ ਤਾਂ ਸਾਰਾ ਦਿਨ, ਅਤੇ ਸਵੇਰੇ ਅੱਖੇ ਸੱਚ ਪਾਛੇ ਸੱਚ ਦੇ ਰਹੇ ਨੇ, ਮੈਂ ਸਾਰਾ ਦਿਨ ਸੱਚ ਬੋਲਣਾ ਚਾਹੁੰਦਾ, ਮੰਗੀ ਨਹੀਂ ਨਾ। ਇੱਥੇ ਗੁਰੂ ਸਾਹਿਬ ਸਪਸ਼ਟ ਕੀਤਾ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਮੈਨੂੰ ਜਿਹੜੀ ਦਾਤ ਪਾਉਂਦੀ ਹੈ ਮੈਂ ਉਹੀ ਮੰਗਦਾ, ਮੈਨੂੰ ਉਹ ਮੰਗਦਾ। ਅੰਮ੍ਰਿਤ ਮੈਨੂੰ ਪਾਉਂਦਾ ਨਹੀਂ ਹਾਲੇ, ਮੈਂ ਮੰਗਿਆ ਨਹੀਂ, ਮੈਨੂੰ ਅੰਮ੍ਰਿਤ ਦੀ ਦਾਤ, ਅਤੇ ਜਦੋਂ ਭਾਉਣ ਲੱਗ ਜਾਏਗਾ ਮੰਗਾਂ, ਮੈਂ ਗੁਰੂ ਨੂੰ ਕਹਿਣਾ ਲੈ ਬਈ ਜੋ ਵੀ ਮੰਗਦੇ ਹਾਂ ਉਹੀ ਗੁਰੂ ਦਿੰਦਾ, ਜੋ ਮੰਗਿਆ ਨਹੀਂ ਉਹ ਮਿਲਦਾ। ਅਤੇ ਮੈਂ ਪਹਿਲਾਂ ਬੇਨਤੀ ਕੀਤੀ, ਚੰਗੀਆਂ ਨੂੰ ਮੰਗਣ ਲੱਗਿਆ ਬੰਦਾ ਡਰਦਾ, ਜੇ ਮਿਲ ਗਈਆਂ ਤਾਂ ਚੰਗਾ ਬਣ ਜਾਏਗਾ, ਹਾਲੀ ਤਾਂ ਮੈਂ ਕੋਈ ਕੁਛ ਹੋਰ ਕਰਨਾ ਚਾਹੁੰਦਾ, ਉਹਦੀ ਗੱਲ ਤੋਂ ਡਰ ਜਾਂਦਾ ਬੰਦਾ, ਹਾਲੀ ਕੁਛ ਗਲਤ ਕਰਨਾ ਹੈ ਜ਼ਿੰਦਗੀ ਵਿੱਚ। ਇਸ ਕਰਕੇ ਕਿ ਤੂੰ ਸਿੱਖੀ ਦੇਤੀ, ਤੂੰ ਤਾਂ ਚੰਗਿਆਈਆਂ ਦੇਤੀਆਂ, ਗੁਣ ਦੇਤਾ, ਨਾਮ ਦੇਤਾ, ਫਿਰ ਮੈਂ ਉਹ ਕਿਵੇਂ ਕਰਾਂਗਾ? ਡਰ ਗਿਆ ਨਾ, ਮੰਗਦਾ ਹੀ ਨਹੀਂ, ਇਸ ਕਰਕੇ ਮੈਨੂੰ ਪਾਉਂਦੀਆਂ ਹੀ ਨਹੀਂ ਉਹ ਦਾਤਾਂ, ਅਤੇ ਮੈਨੂੰ ਪਾਉਂਦੀਆਂ ਹੀ ਨਹੀਂ, ਫਿਰ ਕਿੱਥੇ ਮਿਲਣੀ? ਰਾਤੀ ਸੋਚਦਾ ਬੰਦਾ, ਮੈਂ ਸਵੇਰੇ ਅੰਮ੍ਰਿਤ ਵੇਲੇ ਜਾਗ ਪੈਣਾ, ਸੱਚੇ ਪਾਤਸ਼ਾਹ ਜੀ ਨੂੰ ਜਾਗ ਪਏ, ਮੈਂ ਤੇਰੀ ਮਦਦ ਲਿਆ। ਕਹਿੰਦਾ ਮੈਂ ਤਾਂ 9 ਵਜੇ ਉੱਠਣਾ। ਕਹਿੰਦਾ ਠੀਕ ਹੈ, 9 ਵਜੇ ਉੱਠ ਗਈ, ਤੇਰੀ ਮਰਜ਼ੀ, ਜੋ ਮੰਗ ਰਹੇ ਅਸੀਂ ਉਹੀ ਮਿਲ ਜਾਂਦਾ, ਜੋ ਮੰਗਾਂਗੇ। ਇਸ ਕਰਕੇ ਉਹ ਦਾਤਾਂ ਮੰਗੀਏ ਜਿਸ ਦਾਤਾਂ ਨਾਲ ਸਾਡਾ ਭਲਾ ਹੋਏ, ਜਿਸ ਦਾਤਾਂ ਨਾਲ ਅਸੀਂ ਦੁਨੀਆਂ ਦਾ ਭਲਾ ਕਰ ਸਕੀਏ, ਉਹ ਗੁਰੂ ਕੋਲ ਮੰਗੀਏ। ਸਤ ਸੰਤੋਖ ਦਇਆ ਧਰਮ ਤੇ ਨਿਰਮਾਣਤਾ ਨਿਰਵੈਰਤਾ ਨਿਰਭੈਤਾ ਸ਼ੁਭ ਗੁਣ ਨਾਮ ਭਗਤੀ ਸਿੱਖੀ ਮੰਗੀਏ ਗੁਰੂ ਤੋਂ, ਜੋ ਸੱਚੇ ਪਾਤਸ਼ਾਹ
ਦੇਖੇ ਤੇ ਮਨ ਮਾਲ ਕਰ ਦੇਗਾ, ਨਿਹਾਲ ਕਰ ਦੇਗਾ। ਅਖੀਰ ਵਿੱਚ ਕਹਿੰਦੇ ਨਾਨਕ ਨਾਮ ਰੱਤੇ ਸੁੱਖ ਪਾਇਆ ਹੈ, ਨਾਨਕ ਜਿਹੜੇ ਨਾਮ ਵਿੱਚ ਰੰਗੇ ਗਏ ਉਹਨਾਂ ਨੂੰ ਸੁੱਖ ਮਿਲਦਾ। ਦੁਨੀਆਂ ਵਿੱਚ ਦਰਗਾਹ ਜਾਪੈ ਸ੍ਰੀ, ਜਾਪੈ ਦਾ ਮਤਲਬ ਇੱਜ਼ਤ ਮਾਨ ਸਨਮਾਨ ਸਤਿਕਾਰ, ਦਰਗਾਹ ਇਹ ਸਾਰਾ ਸੰਸਾਰ ਦੀ ਦਰਗਾਹ ਹੈ। ਦਰਗਾਹ ਦਾ ਮਤਲਬ ਜਿਸ ਦਰ ਤੇ ਰੱਬ ਰਹਿੰਦਾ ਹੋਵੇ। ਹੁਣ ਗੁਰਮਤ ਨੇ ਇੱਥੇ ਨਹੀਂ ਕਿਹਾ ਵੀ ਰੱਬ ਕਿਸੇ ਨਵੇਕਲੇ ਥਾਂ ਤੇ ਇੱਕ ਥਾਂ ਤੇ ਬੈਠਾ ਹੈ। ਗੁਰਦੇਵ ਤੇ ਕਹਿੰਦੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਘਰ ਵਿੱਚ ਵਾਸ। ਗੁਰਦੇਵ ਤੇ ਕਹਿੰਦੇ ਕਿ ਤੇਰੇ ਤੋਂ ਬਗੈਰ ਕੋਈ ਹੋਰ ਹੈ ਹੀ ਨਹੀਂ, ਇਹ ਬੈ ਬੈਠਲ ਉਹ ਬੈ ਬੈਠਲ, ਬੈਠਲ ਬਿਨ ਸੰਸਾਰ ਨਹੀਂ, ਤੇਰੇ ਤੋਂ ਬਗੈਰ ਤੇ ਸੰਸਾਰ ਹੀ, ਤੂੰ ਸੰਸਾਰ ਦੇ ਕਣ ਕਣ ਵਿੱਚ ਵਸਿਆ, ਇਹ ਰੱਬ ਦੀ ਕਿਰਪਾ। ਸਹਿਬ ਇੱਥੇ ਇੱਜ਼ਤ ਤੇ ਮਾਣ ਚਾਹੁੰਦਾ ਹੈ, ਸਤਿਕਾਰ ਚਾਹੁੰਦਾ ਹੈ, ਤੇ ਫਿਰ ਗੁਰੂ ਦੇ ਆਸ਼ਰੇ ਤੇ ਚੱਲ ਕੇ ਰੱਬ ਦੇ ਨਾਮ ਨਾਲ ਜੁੜ ਜਾ, ਉਹਨਾਂ ਨੂੰ ਸੁੱਖ ਮਿਲਦਾ ਤੇ ਉਹਨਾਂ ਨੂੰ ਸੱਚੀ ਆਦਰ ਮਿਲਦਾ। ਪਿੱਛੇ ਝਾਤ ਮਾਰ ਕੇ ਦੇਖ ਲਈਏ, ਦੁਨੀਆਂ ਦੇ ਇਤਿਹਾਸ ਨੂੰ ਖੋਲ ਕੇ ਦੇਖ ਲਈਏ, ਜਿੱਥੋਂ ਤੱਕ ਸਾਡੀ ਨਜ਼ਰ ਜਾਂਦੀ ਹੈ, ਅੱਜ ਤੱਕ ਇੱਜ਼ਤ ਮਾਨ ਸਨਮਾਨ ਸੱਚਾ ਸਨਮਾਨ ਜੇ ਕਿਸੇ ਨੂੰ ਮਿਲਿਆ ਤੇ ਉਹਨਾਂ ਨੂੰ ਮਿਲਿਆ ਜਿਹਨਾਂ ਨੇ ਰੱਬ ਦੇ ਨਾਲ ਸਾਂਝ ਬਣਾਈ ਹੈ। ਉਹ ਭਗਤ ਰਵਿਦਾਸ ਜੀ ਸਨ, ਕਬੀਰ ਜੀ ਸਨ, ਸੈਣ ਜੀ ਸਨ, ਕੋਈ ਨਹੀਂ ਹੈ। ਸੱਚੀ ਇੱਜ਼ਤ ਜਿੰਨਾ ਚਿਰ ਦੁਨੀਆਂ ਰਹੇਗੀ ਉਹਨਾਂ ਦੀ ਕਰਦੀ ਰਹੇਗੀ। ਮੈਂ ਅੱਗੇ ਵੀ ਬੇਨਤੀ ਕਰਦਾ, ਭਗਤ ਰਵਿਦਾਸ ਜੀ ਦੇ ਸਮੇਂ ਕਿੰਨੇ ਕੋਈ ਐਸੇ ਲੋਕ ਹੋਣਗੇ ਜਿਹਨਾਂ ਦੇ ਕੋਲ ਦੁਨੀਆਂ ਦੇ ਪਦਾਰਥਾਂ ਦੀ ਕਮੀ ਨਹੀਂ ਹੋਣੀ। ਕੋਈ ਇੱਕ ਨਾਮ ਦੱਸੋਗੇ, ਰਵਿਦਾਸ ਜੀ ਦੇ ਸਮੇਂ ਕੌਣ ਸੀ ਆਗੂ ਲੋਕ, ਕੋਈ ਦੱਸੀ? ਕੋਈ ਪਤਾ ਨਹੀਂ ਕਿਸੇ, ਪਰ ਇੱਕ ਚੁਰਾਹੇ ਤੇ ਬੈਠ ਕੇ ਲੋਕਾਂ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ ਨੂੰ ਗੰਢਣ ਵਾਲਾ ਰਵਿਦਾਸ, ਭਗਤ ਰਵਿਦਾਸ ਸਾਰੀ ਦੁਨੀਆਂ ਜਾਣਦੀ। ਜਿੱਥੇ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨਾਂ ਨੂੰ ਮੱਥਾ ਟੇਕਦੇ ਹਾਂ, ਉੱਥੇ ਭਗਤ ਰਵਿਦਾਸ ਜੀ ਨੂੰ ਅਸੀਂ ਨਮਸਕਾਰ ਕਰਦੇ ਹਾਂ। ਬੈਠੇ 40 ਸ਼ਬਦ ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ। ਸੱਚੀ ਇੱਜ਼ਤ, ਸੱਚਾ ਮਾਨ ਸਨਮਾਨ ਕਿਵੇਂ ਮਿਲਿਆ ਉਹਨਾਂ ਨੂੰ? ਕਿ ਉਹਨਾਂ ਦਾ ਕਾਰੋਬਾਰ ਸੀ ਬੜਾ ਵੱਡਾ? ਨਾ, ਰੱਬ ਦਾ ਨਾਮ, ਪਰਮਾਤਮਾ ਦੀ ਬੰਦਗੀ, ਪਰਮੇਸ਼ਵਰ ਦੇ ਗੁਣ ਸਨ ਉਹਨਾਂ ਦੇ ਕੋਲ। ਨਾਨਕ ਨਾਮ ਰੱਤੇ ਸੁੱਖ ਪਾਇਆ, ਦਰਗਾਹ ਜਾਪੈ ਸੋਈ, ਸੰਸਾਰ ਵਿੱਚ ਉਹਨਾਂ ਨੂੰ ਇੱਜ਼ਤ ਤੇ ਸੁੱਖ ਮਿਲਦਾ ਜਿਹਨਾਂ ਦੇ ਕੋਲ ਰੱਬ ਦਾ ਨਾਮ ਹੈ। ਸੱਚੇ ਪਾਸੇ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰੂ ਦੇ ਸ਼ਬਦ ਨੂੰ ਆਪਾਂ ਰਲ ਕੇ ਸਮਝਿਆ ਹੈ, ਮੇਰੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਪਾਤਸ਼ਾਹ ਸਾਡੀ ਅਗਵਾਈ ਕਰੋ, ਸਾਨੂੰ ਆਪਣੇ ਚਰਨਾਂ ਦਾ ਕੋਟ ਅਸਰਾ, ਆਪਣੀ ਸਿੱਖੀ, ਆਪਣਾ ਨਾਮ, ਆਪਣੀ ਸੋਚ, ਆਪਣੀ ਵਿਚਾਰਧਾਰਾ ਸਾਡੇ ਜਿਹਨ ਵਿੱਚ ਵਸਾਓ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਅਗਵਾਈ ਵਿੱਚ ਚੱਲ ਕੇ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਸਭ ਦਾ ਧੰਨਵਾਦ ਜੀ ਆਇਆਂ ਨੂੰ, ਆਪਣੇ ਚਰਨਾਂ ਨਾਲ ਸਭ ਤੋਂ ਜੋੜ ਕੇ ਰੱਖਣ ਜੀ।